ਤੁਹਾਡੀ ਐਕਟਿੰਗ ਵਿੱਚ ਬਹੁਤ ਸੋਲਿਡ ਪਾਲਿਸ਼ ਹੋਈ ਹੈ, ਕੀ ਸਿੱਖਿਆ ਹੈ ਤੁਸੀਂ ਐਕਟਿੰਗ ਬਾਰੇ? ਇੱਕ ਦਿਨ ਬੱਚਨ ਸਾਹਿਬ ਦਾ, ਉਹਨਾਂ ਦੀ ਇੰਟਰਵਿਊ ਦੇਖ ਰਿਹਾ ਸੀ ਅਮਿਤਾਬ ਬੱਚਨ ਜੀ ਦੀ, ਉਹ ਕਹਿੰਦੇ ਮੈਂ ਆਪਣੇ ਬੇਟੇ ਨੂੰ ਇੱਕ ਹੀ ਗੱਲ ਸਿਖਾਈ ਆ ਵੀ ਜੇ ਵਧੀਆ ਐਕਟਰ ਬਣਨਾ ਵਾ ਨਾ ਤਾਂ ਸਿਰਫ ਡਾਇਰੈਕਟਰ ਨੂੰ ਫੋਲੋ ਕਰੀ, ਆਪਣਾ ਕੰਮ ਤੇਰਾ ਆਟੋਮੈਟਿਕਲੀ ਹੋ ਜੂਗਾ। ਇਹ ਨਾ ਸੋਚੀ ਕਿ ਤੂੰ ਬਹੁਤ ਵਧੀਆ ਐਕਟਰਾਂ 'ਤੇ ਕੰਮ ਕਰ ਲਏਗਾ, ਜੇ ਬਹੁਤ ਵਧੀਆ ਐਕਟਰ ਵੀ ਹੋਵੇ ਤਾਂ ਉਹ ਡਾਇਰੈਕਟਰ ਨੂੰ ਫੋਲੋ ਨਾ ਕਰੇ ਤਾਂ ਉਹ ਕੰਮ ਵਧੀਆ ਨਹੀਂ ਹੁੰਦਾ। ਖਬਰਾਂ ਦੀ ਦੁਨੀਆ ਵਿੱਚ ਆਓ, ਸਾਡੇ ਨਾਲ ਕਦੇ ਵੀ ਤੇ ਕਿਤੋਂ ਵੀ ਜੁੜੋ। ਆਪਾਂ ਮਿਲਾਂਗੇ ਫੇਸਬੁੱਕ ਤੇ, ਅਸੀਂ ਦੇਖਾਂਗੇ ਯੂਟਿਊਬ ਤੇ, ਸਾਨੂੰ ਫੋਲੋ ਕਰੋ ਟਵਿੱਟਰ ਤੇ। ਖਬਰਾਂ ਨਾਲ ਜੁੜੇ ਰਹੋ ਦਿਨ ਰਾਤ।